ਮੈਂ ਤੁਹਾਡਾ ਆਪਣਾ ਬਲਰਾਜ ਸਿੱਧੂ ਤੇ ਹਾਜ਼ਰਾਂ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਪਰ ਦੋਸਤੋ ਰੋਜ਼ਾਨੇ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਮੂਰੇ ਨਵੀਂ ਵੀਡੀਓ ਨਾਲ ਹਾਜ਼ਰ ਹੋਇਆ। ਦੋਸਤੋ ਥੋੜੇ ਜਿ ਦਿਨ ਪਹਿਲਾਂ ਮੈਂ ਆਪਣੀ ਮਿਆ ਰਹਿਮਤ ਦੀ ਵੀਡੀਓ ਪਾਈ ਸੀ ਜਿਸ ਨੇ ਬੱਚੇ ਨੂੰ ਜਨਮ ਦਿੱਤਾ ਸੀ ਤੇ ਮੈਂ ਉਸ ਵੀਡੀਓ ਵਿੱਚ ਦੱਸਿਆ ਵੀ ਇਸ ਵੀ ਇਹ ਵੀਡੀਓ ਥੋੜੀ ਜਿਹੀ ਪੁਰਾਣੀ ਆ। 2-3 ਮਹੀਨੇ ਪਹਿਲਾਂ ਦੀ ਤੇ ਆਪਾਂ ਪਾਉਣ ਦਾ ਟਾਈਮ ਲੇਟ ਮਿਲਿਆ। ਤੇ ਅਸਲੀ ਉਹ ਵੀਡੀਓ ਲੇਟ ਪਾਈ ਸੀ ਤੇ ਜੋ ਬੱਚਾ ਸੀ ਉਹ ਦਾ ਨਾਮ ਆ ਪਸਣੀ ਤਰਿਆ ਸੀ ਤੇ ਜੋ ਆ ਬੱਚਾ ਸਾਹਮਣੇ ਫਿਰ ਰਿਹਾ ਇਹ ਸਣੀ ਆ ਇਹ ਇਹਦੀ ਅੱਜ ਦੀ ਤਾਜ਼ਾ ਵੀਡੀਓ ਹੈ ਜੀ ਅਸ ਦੇ ਨਵਾਂ ਰੱਸਾ ਪਾਇਆ ਅੱਜ ਰੱਸਾ ਪਹਿਲੇ ਦਿਨ ਪਾਇਆ ਸੋ ਇਸ ਨੂੰ ਹਜੇ ਰੱਸੇ ਦੀ ਆਤ ਨਹੀਂ ਥੋੜੀ ਦੀ ਥੋੜੀ ਜਿਹੀ ਐਚ ਵੀ ਜੀ ਮੰਨ ਰਿਹਾ ਵੀ ਜਦ ਆਪਾਂ ਪਹਿਲੀ ਵਾਰ ਰੱਸਾ ਪਾਇਆ ਤਾਂ ਥੋੜਾ ਜਾਨਵਰ ਨੂੰ ਉੱਪਰ ਆ ਜਾ ਹੋਈ ਜਾਂਦਾ ਰੱਸਾ ਇਹਦੇ ਜੀ ਅੱਜ ਤਾਂ ਪਾ ਰਹੇ ਆ ਇਹ ਸੀਲ ਹੋਇਆ ਹੋਇਆ ਜੀ ਤੇ ਅੱਜ ਇਹ ਇਸ ਦੇ ਨਵੇਂ ਓਨਰ ਦੇ ਹਾਊਸ ਵਿੱਚ ਭੇਜਣਾ ਬੱਚੇ ਦੇ ਮੰਤਰਾਂ ਬਹੁਤ ਸੋਹਣੀਆਂ ਜੀ ਮਾਰਕਿੰਗ ਤੁਹਾਡੇ ਸਾਹਮਣੀਆਂ ਬੱਚੇ ਦੇ ਸਿਰਫ ਮੱਥੇ ਉੱਪਰ ਫੋਲਾ ਤੇ ਪੈਠ ਬਾਡੀ ਬਹੁਤ ਸੋਹਣੀ ਆ ਵੈਸੇ ਬੱਚਾ ਸਾਊ ਬਹੁਤ ਰਸਤਾ ਨਵਾਂ ਪਾਉਣ ਦੀ ਵਜ੍ਹਾ ਨਾਲ ਥੋੜਾ ਜਿਹਾ ਡਰ ਰਿਹਾ ਦੇਖ ਲਓ ਆਪਣੇ ਵਾਲਾ ਸੂਟ ਆ ਸੂਰ ਇਹਦੇ ਹੱਥ ਲਾ ਰਿਹਾ ਧੌਣ ਧੌਣ ਦਾ ਕੰਡ ਬਹੁਤ ਹੈ ਜੀ ਬੱਚੇ ਵਿੱਚ ਬਹੁਤ ਹੀ ਸੋਹਣੀ ਬਾਡੀ ਬੰਤਰ ਆ ਜੋ ਇਹਦਾ ਰੰਗ ਆ ਬਹੁਤ ਹੀ ਸੋਹਣਾ ਜੀ ਫੁੱਲ ਬਲੈਕ ਆ ਮੱਥੇ ਉੱਪਰ ਬੱਚੇ ਤੇ ਫੁੱਲ ਆ ਜੀ ਕੰਨ ਦੇਖ ਲਓ ਬਹੁਤ ਸੋਹਣਾ ਤੇ ਇਹਦੇ ਨਵਾਂ ਰੱਸਾ ਪਾਇਆ ਤੇ ਥੋੜਾ ਥੋੜੀ ਦੇਰ ਬਾਅਦ ਆ ਧਜਣਾ ਵੀ ਸ਼ੁਰੂ ਹੋ ਚੱਲਿਆ ਸੀ ਦੀ ਆਦੇਸ਼ ਨੂੰ ਜੀ ਆਪਾਂ ਨਵੇਂ ਓਨਰ ਦੇ ਭੇਜ ਦਿੱਤਾ ਪ੍ਰਮਾਤਮਾ ਮੂਰੇ ਇਹੀ ਅਰਦਾਸ ਆ ਵੀ ਇਸ ਬੱਚੇ ਨੂੰ ਲੰਮੀ ਉਮਰ ਬਖਸ਼ੇ ਜੀ ਜਿਹੜੇ ਵੀ ਵੀਰ ਨੇ ਆਪਣੇ ਨੇ ਲਾੜੀ ਵੀਰ ਆ ਅਮਲੋਤੋਂ ਜੀ ਉਹਨਾਂ ਨੇ ਲਿਆ ਤੇ ਉਹਨਾਂ ਨੂੰ ਸਵੰਤਣਾ ਹੋਵੇ ਤੇ ਬੱਚਾ ਬਹੁਤ ਸੋਹਣਾ ਜੀ ਵਧੀਆ ਬੰਨ ਵਾਲਾ ਆ ਦੇਖ ਲਓ ਸਾਰਾ ਤੁਹਾਡੇ ਸਾਹਮਣੇ ਆ ਖੰਡਈ ਵਜਾਣਾ ਮੌਸਮ ਤੁਹਾਨੂੰ ਪਤਾ ਯਾ 4-5 ਦਿਨਾਂ ਤੋਂ ਰੋਜ਼ਾਨਾ ਮੀਂਹ ਪੈ ਰਿਹਾ ਹੈ ਤੇ ਆਪਣੇ ਏਰੀਆ ਵਿੱਚ ਤਾਂ ਮੀਂਹ ਵੀ ਬਹੁਤ ਜ਼ਿਆਦਾ ਹੀ ਆ ਬਹੁਤ ਜ਼ਿਆਦਾ ਮੀਂਹ ਪਿਆ ਤੇ ਉਸ ਵਜਾ ਨਾਲ ਬੱਚਿਆਂ ਨੂੰ ਆਇਆ ਖੰਡ ਦੇ ਦਾ ਮੌਸਮ ਹੈ ਅਸਲੀ ਜੀ ਸਵੇਰ-ਸਵੇਰ ਤੋਂ ਮੌਸਮ ਅਸਲੀ ਥੋੜਾ ਲਿਬੜਿਆ ਵੀ ਹੋਇਆ ਹਜੇ ਬੱਚੇ ਨੂੰ ਥੋੜਾ ਜਿਹਾ ਵੀ ਨੀ ਤੁਰਨਾ ਆਉਂਦਾ ਤੇ ਵੈਸੇ ਚਲੋ ਅੱਜ ਇਹਨੂੰ ਆਰਤ ਪੈਜੋ ਹੌਲੀ ਹੌਲੀ ਥੋੜਾ ਟਾਈਮ ਬੰਨਣਾ ਰਾਸਤੇ ਵਿੱਚ ਵੀ ਇਸਨੇ ਬੰਨੇ ਹੋਏ ਨਹੀਂ ਜਾਣ ਤੇ ਚਾਰੂ ਫੋਲਾ ਜੀ ਬੱਚਾ ਰਸਨ ਉਸਨ ਪੂਰਾ ਵਧੀਆ ਖਾਂਦਾ ਜੀ ਇਸ ਦੀ ਉਮਰ ਤਕਰੀਬਨ ਸਵਾ 3 ਮਹੀਨੇ ਦੀ ਹੋਈ ਆ ਹੁਣ ਤੇ ਆਲੋ ਥੋੜੀ ਤੁਹਾਨੂੰ ਇਸ ਦੀ ਫਿਰ ਲੋੜ ਦੀ ਵੀਡੀਓ ਵਿੱਚ ਦਿਖਾਉਂਦੇ ਆ ਜੀ ਇਹ ਜਾਵੜਿਆ ਅੰਦਰ ਬੱਚਾ ਮਾਂ ਨੇ ਲਾਸਟ ਦੁੱਧ ਪੀਣਾ ਸੀ ਬੱਚੇ ਨੇ ਲਾਸਟ ਦੁੱਧ ਪੀ ਲਿਆ ਤੇ ਆਹ ਦੇਖ ਲਓ ਥੋੜੇ ਟਾਈਮ ਬਾਅਦ ਆਪਾਂ ਬੰਨ ਵੀ ਦਿੱਤਾ ਸੀ ਤੇ ਬੱਚੇ ਨੇ ਬੰਨਨ ਦਾ ਵੀ ਥੋੜਾ ਜਿਹਾ ਵੀ ਹੀਰਬਾਨੀ ਮੰਨਿਆ ਨਹੀਂ ਤਾਂ ਆਮ ਤੌਰ ਤੇ ਬੱਚਾ ਦਿਹਾੜੀ ਦਿਹਾੜੀ ਪੱਠਿਆਂ ਨੂੰ ਮੂੰਹ ਨਹੀਂ ਲਾਉਂਦਾ ਤੇ ਆਹ ਰਹੀ ਐਸ ਦੀ ਫੋਟੋ ਜਿਵੇਂ ਵੱਡੇ ਵੱਡੇ ਸਟੀਨਲ ਦੀ ਧੌਣ ਹੁੰਦੀ ਆ ਧੌਣ ਦਾ ਕੁੰਡ ਤੋਂ ਵੀ ਆ ਤੇ ਆਹ ਐਸ ਲਈ ਬਣਾਤੀ ਨਵੀਂ ਮੂਰੀ ਜੀ ਯਾਰ ਨਾ ਪੱਤਲੇ ਆਰਾ ਵੀ ਬੋਲ ਦਿੰਨੇ ਆ ਨਵਾਂ ਤਲਿਆਰਾ ਪਾਇਆ ਤੇ ਤਲਿਆਰੇ ਦਾ ਥੋੜਾ ਜਿਹਾ ਮਨ ਦਾ ਜਿਵੇਂ ਆਪਾਂ ਪਹਿਲੀ ਵਾਰ ਬੱਚੇ ਦੇ ਤਲਿਆਰਾ ਪਾਉਨੇ ਆ ਤਾਂ ਉਹਦੇ ਜਦੋਂ ਉੱਪਰ ਨੱਕ ਦੇ ਉੱਪਰ ਦਾ ਪੈਂਦੀ ਆ ਤੇ ਉਹ ਜ਼ੋਰ ਵੀ ਬਹੁਤ ਮਾਰ ਜਾਂਦਾ ਬੱਚਾ ਤੇ ਆਪਾਂ ਦੀ ਰਿਐਕਸ਼ਨ ਵੀ ਦੇਖਦੇ ਆ ਪਹਿਲੀ ਵਾਰ ਤਲਿਆਰਾ ਪਾਇਆ ਇਹਦੇ ਠੰਡ ਬੱਚਾ ਠੰਡ ਵੀ ਮੰਨ ਰਿਹਾ ਪਾਫਾ ਮਾਰ ਰਿਹਾ ਮੂੰਹ ਵਿੱਚ ਤੇ ਆ ਤਲਿਆਰਾ ਤਾਂ ਪਤਾ ਜੀ ਜਦੋਂ ਤਲਿਆਰੇ ਵਿੱਚ ਦੀ ਆਪਾਂ ਰੱਸਾ ਪਾਉਂਦੇ ਆ ਆ ਜੋ ਰਿਐਕਸ਼ਨ ਦੇਖਦੇ ਜੀ ਤਲਿਆਰੇ ਦੀ ਦਾਬ ਇਹ ਵੀ ਬੱਚਾ ਬਹੁਤ ਮੰਨ ਰਿਹਾ ਬੱਚਾ ਜ਼ੋਰ ਵੀ ਬਹੁਤ ਮਾਰ ਰਿਹਾ ਸੀ ਵੀਡੀਓ ਦੇ ਐਂਟਰਟੇਨ ਜਰੂਰ ਜੁੜੇ ਰਹੋ ਜੀ ਐਸ ਵੀਡੀਓ ਦੇ ਪਾਰਟ ਵਿੱਚ ਹੀ ਲਾਸਟ ਵਿੱਚ ਹੀ ਇਸ ਨੂੰ ਆਪਾਂ ਟੈਂਪੂ ਦੇ ਉੱਪਰ ਚੜਾਉਨੇ ਆ ਸਾਰੀ ਵੀਡੀਓ ਸਣੀ ਐ ਇਸ ਦੀ ਮਾਂ ਦੀ ਆ ਜਾਂਦਿਆ ਹੋਇਆ ਮਾਂ ਦੇ ਨਾਲ ਤੁਰਿਆ ਜਾਂਦਾ ਤੇ ਆਜਾ ਇਸ ਦਾ ਫਰੰਟ ਦੀ ਵੀਡੀਓ ਦਿਖਾ ਰਹੀ ਇਸ ਦੀ ਮਾਂ ਦੇ ਮੱਥੇ ਫੁੱਲ ਆ ਤੇ ਦੋ ਪੈਰ ਚਿੱਟੇ ਸੀ ਪਰ ਬੱਚੇ ਦੇ ਸਿਰਫ ਮੱਥੇ ਫੁੱਲ ਆਇਆ ਮਾਂ ਦੇਵਲੀ ਲਾਈਨ ਚੋਂ ਤੇ ਬੱਚਾ ਆਪਣਾ ਮੱਝੂ ਕੋਈ ਲਾਈਨ ਦਾ ਆਪਾਂ ਲਿਆਂਦਾ ਸੀ ਆਸਟ੍ਰੇਲੀਅਨ ਵੰਸਾ ਜੀ ਇਹਦੀ ਦੋ ਦੰਦ ਵਿੱਚ 64+ ਉਮਰ ਸੀ ਉਹ 64+ ਹਾਈਟ ਰਹੀ ਦੋ ਦੰਦ ਉਮਰ ਸੀ ਤੇ ਇਹ ਬੱਚਾ ਹੁਣ ਲੋਡ ਹੋ ਰਿਹਾ ਜੀ ਬੱਚੇ ਨੇ ਪਹਿਲੀ ਵਾਰ ਜਾਣਾ ਤੇ ਠੰਡ ਦਾ ਮੌਸਮ ਵੀ ਆ ਆ ਆਪਣੇ ਸਪੈਸ਼ਲ ਜੋ ਛੋਟਾ ਹਾਥੀ ਆ ਇਸ ਚੀਜ਼ ਲਈ ਬਣਾਇਆ ਹੋਇਆ ਹੌਰਸਲੀ ਸਪੈਸ਼ਲੀ ਠੰਡੇ ਮੌਸਮ ਵਿੱਚ ਇਸ ਤਰ੍ਹਾਂ ਵੀ ਜਦੋਂ ਜਾਨਵਰ ਆਉਂਦਾ ਜਾਂ ਜਾਂਦਾ ਉਦੋਂ ਹਵਾ ਵਾਜ ਜਾਵੇ ਤਾਂ 2-3 ਦਿਨ ਤੋ ਉਸ ਨੂੰ ਰੀਸਾ ਜੁਕਾਮ ਬਹੁਤ ਹੋ ਜਾਂਦਾ ਤੇ ਫਿਰ ਲੂਟ ਨਹੀਂ ਆਉਂਦਾ ਜੀ ਪ੍ਰੋਸੀਜਰ ਬਾਅਦ ਚ ਇਹਲੀਆ ਪੂਰੀ ਥੋੜੀ ਬਾਡੀ ਉੱਚੀ ਲਵਾਈ ਹੈ ਜੀ ਤੇ ਚਾਰੇ ਪਾਸਿਓਂ ਕਵਰ ਹੋ ਜਾਂਦੀ ਹੈ ਥੋੜੀ ਜਿਹੀ ਹਵਾ ਪੈਂਦਾ ਸਨ ਛੱਡੀ ਤਾਂ ਵੀ ਅੰਦਰ ਪਰਦਾ ਨਾਲ ਹੀ ਬਣਿਆ ਤੇ ਬਾਕੀ ਜਾਨਵਰ ਠੰਡ ਤੋਂ ਬਚਿਆ ਰਹਿੰਦਾ ਜੀ ਤੇ ਇਹੇ ਬੱਚੇ ਦੀ ਮਾਂ ਵੀ ਆਪਣੇ ਬੱਚੇ ਦਾ ਬਹੁਤ ਹੀਰਵਾ ਮੰਨ ਰਹੀ ਰਹਿਮਤ ਵੀ ਤੇ ਅੱਜ ਤਕਰੀਬਨ ਹੁਣ ਟਾਈਮ ਹੋਇਆ ਜੀ ਆਪਣਾ 12 ਦੇ ਨੇੜ ਦਾ ਤੇ ਹਜੇ ਟਾਈਮ ਵੀ ਬੱਚੇ ਨੂੰ ਆਵਾਜ਼ਾਂ ਮਾਰ ਰਹੀ ਆ ਤੇ ਬੱਚਾ ਵੀ ਬਹੁਤ ਮੰਨ ਰਿਹਾ ਸੀ ਇਹ ਵੇਚਣ ਦਾ ਮਨ ਤਾਂ ਨਹੀਂ ਬੰਦਦਾ ਚਲੋ ਫਿਰ ਵੀ ਜਾਨਵਰ ਬਹੁਤ ਜ਼ਿਆਦਾ ਹੋ ਜਾਂਦੇ ਨੇ ਸਾਰਿਆਂ ਨੂੰ ਸੰਭਾਲਿਆ ਵੀ ਨਹੀਂ ਜਾਂਦਾ ਤੇ ਇੱਕ ਹਿਸਾਬ ਦੀ ਇਹ ਫਸਲ ਹੀ ਹੋ ਜਾਂਦੀ ਆ ਆਪਾਂ ਨੂੰ ਵਪਾਰੀ ਨੂੰ ਤਾਂ ਖਾਸ ਤੌਰ ਤੇ ਲਾਲਚ ਹੋ ਜਾਂਦਾ ਵੀ ਵੱਟਾ ਵਿੱਚ ਤੇ ਚਾਰ ਆਮਦਨ ਚਾਰ ਪੈਸੇ ਆਮਦਨ ਸਾਲ ਦੀ ਮਿਹਨਤੀ ਹੋ ਜਾਂਦੀ ਕਿਉਂਕਿ ਪਹਿਲਾਂ ਤਾਂ ਸਾਲ ਦੇ ਨੇੜੇ ਤਕਰੀਬਨ ਇਹਨੇ ਆਪਣੇ ਮਾਂ ਦੇ ਪੇਟ ਵਿੱਚ ਰਹਿਣਾ ਉਦੋਂ ਸੇਵਾ ਹੁੰਦੀ ਆ ਇੱਕ ਆਸ ਹੀ ਵੱਜੀ ਹੁੰਦੀ ਆ ਵੀ ਸਾਲ ਨੂੰ ਜਦੋਂ ਸੂਈ ਬੱਚਾ ਵੇਚਾਂਗੇ ਚਾਰ ਪੈਸੇ ਹੋਣ ਅਤੇ ਚਾਰ ਪੰਜ ਮਹੀਨੇ ਦਾ ਬੱਚਾ ਹੋ ਜਾਂਦਾ ਤੇ ਇੱਕ ਹਿਸਾਬ ਦੀ ਇਹ ਫਸਲ ਹੀ ਹੋ ਜਾਂਦੀ ਤੇ ਫਸਲ ਵੀ ਆਪਾਂ ਵਾਟੇ ਵੇਚ ਆ ਦੇਖੋ ਬੱਚੇ ਦਾ ਚਿਹਰਾ ਕੰਨ ਬਹੁਤ ਹੀ ਸੋਹਣਾ ਬੱਚੇ ਦਾ ਜੋ ਮਾਰਕਾ ਫੇਸ ਆ ਬਹੁਤ ਹੀ ਜਿਆਦਾ ਸੁੰਦਰ ਆ ਜੀ ਤੇ ਸਾਰਾ ਤੁਹਾਡੇ ਸਾਹਮਣੇ ਆ ਜੀ ਤੇ ਅੱਜ ਇਹ ਬੱਚਾ ਵੇਖਤਾ ਵੈਸੇ ਦਿਲਤਾ ਸਾਡਾ ਵੀ ਬਹੁਤ ਹੀ ਇਹਦਾ ਮੂੰਹ ਪਿਆ ਹੋਇਆ ਸੀ ਜੋ ਜਾਨਵਰ ਇੱਕ ਤਾਂ ਆਪਾਂ ਜਾਨਵਰ ਮੋਲ ਲਿਆਉਨੇ ਆ ਜੀ ਤੇ ਦੂਜਾ ਜਿਹੜਾ ਆਪਣੇ ਫਾਰਮ 'ਚ ਜਨਮ ਹੁੰਦਾ ਦੋਨਾਂ ਨਾਲ ਆ ਡੱਡ ਦਾ ਤੋਪ ਪੈ ਜਾਂਦਾ ਇਹਨੇ ਆਪਣੇ ਹੱਥਾਂ ਵਿੱਚ ਜਨਮ ਲਿਆ ਹੋਵੇ ਬਹੁਤ ਹੀ ਜਿਆਦਾ ਤੋਹ ਸੀ ਤੇ ਬਹੁਤ ਸਿਆਣਾ ਵੀ ਬੱਚਾ ਸੀ ਨਾਲ ਨਾਲ ਫਿਰਦਾ ਰਹਿੰਦਾ ਸੀ ਤਾਂ ਤੁੰ ਦਾ ਕੋੰਡ ਤਾਂ ਹੁੰਦੀ ਲੰਬਾਈ ਬਹੁਤ ਆ ਜੀ ਬੱਚੇ ਵਿੱਚ ਵੇਲਵੂਲ ਬਹੁਤ ਆ ਸਾਰਾ ਤੁਹਾਡੇ ਸਾਹਮਣੇ ਆ ਤੇ ਬੱਚੇ ਨੂੰ ਜਦੋਂ ਭੇਜਿਆ ਸੀ ਮਨ ਥੋੜਾ ਅਦਾਸਤਾ ਜ਼ਰੂਰ ਹੋਇਆ ਫਿਰ ਮਨ ਨੂੰ ਸਮਝਾਇਆ ਵੀ ਚੱਲ ਕੋਈ ਨਾ ਵੀ ਸਾਹਮਣੇ ਵਾਲਾ ਭਰਾ ਵੀ ਇਸ ਨੂੰ ਵਧੀਆ ਸੰਭੂ ਉਸ ਨੇ ਵੀ ਬਹੁਤ ਹੀ ਵਧੀਆ ਰੀਜਨਲ ਹੀ ਸੰਭਣ ਵਾਸਤੇ ਲਿਆ ਤੇ ਉਸ ਨੂੰ ਵੀ ਸੁਵੰਦਨਾ ਹੋਵੇ ਤੇ ਆਪਣੀ ਤਾਂ ਪ੍ਰਮਾਤਮਾ ਸਾਹਮਣੇ ਇਹੀ ਅਰਦਾਸ ਹੈ ਪ੍ਰਮਾਤਮਾ ਇਸ ਬੱਚੇ ਨੂੰ ਲੰਮੀ ਉਮਰ ਬਖਸ਼ੇ ਤੇ ਇਸ ਦੇ ਨਵੇਂ ਆਉਣ ਨੂੰ ਸੁਵੰਦਨਾ ਹੋਵੇ ਤੇ ਤੁਸੀਂ ਸਾਰੇ ਵੀਰ ਵੀ ਕਮੈਂਟਾਂ ਵਿੱਚ ਲਾਡੀ ਵੀਰ ਨੂੰ ਜਰੂਰ ਵਧਾਈਆਂ ਦੇਣਾ ਬਹੁਤ ਹੀ ਸੋਹਣਾ ਬੱਚਾ ਮਿਲਿਆ ਜੀ ਉਸ ਨੂੰ ਪ੍ਰਮਾਤਮਾ ਉਸ ਦੀ ਖੁਮਾਈਆਂ ਵਿੱਚ ਵਾਧਾ ਪਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ